ਇੱਕ ਸ਼ਰਾਬੀ ਡਰਾਈਵਰ ਨੇ ਬੱਚਿਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ। ਦਰਅਸਲ ਸਕੂਲ ਵੈਨ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਸਵੇਰ ਵੇਲੇ ਬੱਚਿਆਂ ਨੂੰ ਛੱਡਣ ਲਈ ਜਾ ਰਿਹਾ ਸੀ ਤੇ ਉਸ ਤੋਂ ਬੱਸ ਕੰਟਰੋਲ ਦੇ ਵਿੱਚ ਨਹੀਂ ਸੀ ਹੋ ਰਹੀ। ਪਹਿਲਾਂ ਤਾਂ ਬੱਚਿਆਂ ਨੂੰ ਲੱਗਿਆ ਕਿ ਸ਼ਾਇਦ ਧੁੰਦ ਕਾਰਨ ਅਜਿਹਾ ਹੋ ਰਿਹਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਹੈ ਤਾਂ ਉਹਨਾਂ ਨੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ, ਜਿਸ ਤੇ ਡਰਾਈਵਰ ਨਾਲ ਉਹਨਾਂ ਦੀ ਬਹਿਸ ਹੋ ਗਈ। ਹਾਲਾਂਕਿ ਬਾਅਦ ਦੇ ਵਿੱਚ ਇੱਕ ਆਟੋ ਦੇ ਵਿੱਚ ਵੀ ਬੱਸ ਮਾਰਨੀ ਸੀ ਤੇ ਆਟੋ ਵਾਲੇ ਨੇ ਅੱਗੇ ਲਾ ਕੇ ਬੱਸ ਨੂੰ ਰੋਕਿਆ ਤੇ ਸ਼ਰਾਬੀ ਡਰਾਈਵਰ ਬਾਅਦ ਦੇ ਵਿੱਚ ਬੱਸ ਦੇ ਵਿੱਚ ਹੀ ਸਕੂਲ ਵੈਨ ਦੇ ਵਿੱਚ ਹੀ ਸੀਟ ਤੇ ਸੌਂ ਗਿਆ ਤੇ ਜਿਸ ਤੋਂ ਬਾਅਦ ਬੱਚਿਆਂ ਦੇ ਵੱਲੋਂ ਆਪਣੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ, ਸਕੂਲ ਦੇ ਪ੍ਰਿੰਸੀਪਲ ਨੂੰ ਫੋਨ ਕੀਤਾ ਗਿਆ ਅਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ, ਜਿਨ੍ਹਾਂ ਨੇ ਸ਼ਰਾਬੀ ਡਰਾਈਵਰ ਨੂੰ ਕਾਬੂ ਕੀਤਾ ਅਤੇ ਸਕੂਲ ਵੈਨ ਨੂੰ ਵੀ ਜ਼ਬਤ ਕਰ ਲਿਆ। ਤਾਂ ਦੱਸਦੀ ਇੱਕ ਖਬਰ ਫਿਲੌਰ ਤੋਂ ਹੈ, ਜਿੱਥੋਂ ਦੇ ਪਿੰਡ ਚੱਕਾ ਦੇਸਰਾਜ ਵਿਖੇ ਸਥਿਤ ਅਕਾਲ ਅਕੈਡਮੀ ਦੀ ਇਹ ਬੱਸ ਸੀ ਤੇ ਡਰਾਈਵਰ ਨੇ ਸ਼ਰਾਬ ਪੀ ਲਈ ਤੇ ਜਦੋਂ ਉਹ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਬੱਚਿਆਂ ਨੂੰ ਪਤਾ ਲੱਗ ਗਿਆ ਕਿ ਸਕੂਲ ਵੈਨ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਹੈ ਤੇ ਉਹਨਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਬੱਸ ਨੂੰ ਰੋਕ ਲਿਆ ਅਤੇ ਆਪਣੇ ਮਾਪਿਆਂ ਤੇ ਪ੍ਰਿੰਸੀਪਲ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮਾਪੇ ਪਹੁੰਚਦੇ ਨੇ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਪਹੁੰਚਦਾ ਏ। ਪੁਲਿਸ ਦੇ ਵੱਲੋਂ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ। ਦੂਜੇ ਪਾਸੇ ਸਕੂਲ ਪ੍ਰਬੰਧਕਾਂ ਦਾ ਕਹਿਣਾ ਏ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਵੈਨ ਦੇ ਡਰਾਈਵਰ ਨੂੰ ਕੰਟਰੈਕਟ ਬੇਸ ਤੇ ਰੱਖਿਆ ਸੀ ਤੇ ਭਵਿੱਖ ਦੇ ਵਿੱਚ ਅਜਿਹਾ ਨਹੀਂ ਹੋਵੇਗਾ, ਪਰ ਅਜਿਹੇ ਹੀ ਡਰਾਈਵਰ ਨੇ ਜਿਹੜੇ ਡਰਾਈਵਰੀ ਦੇ ਪੇਸ਼ੇ ਨੂੰ ਬਦਨਾਮ ਕਰਦੇ ਨੇ। ਤਾਂ ਸਕੂਲ ਵੈਨ ਦੇ ਡਰਾਈਵਰ ਨੇ ਸ਼ਰਾਬ ਪੀ ਕੇ ਬੱਚਿਆਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾ ਦਿੱਤਾ। ਵੀਰ ਜੀ, ਇਹ ਹਾਦਸਾ ਇੱਦਾਂ ਕਿ ਬੱਸ ਡਰਾਈਵਰ ਜਿਹੜਾ ਸੀਗਾ ਉਹ ਸਵੇਰੇ ਜਦੋਂ ਆਪਣੇ ਘਰ ਤੋਂ ਚੱਲਿਆ ਉਸ ਵੇਲੇ ਬਿਲਕੁਲ ਠੀਕ ਠਾਕ ਸੀ, ਉਹਨੂੰ ਕੋਈ ਵਾਈਨ ਵਗੈਰਾ ਨਹੀਂ ਸੀ ਲਈ ਹੋਈ, ਇੱਦਾਂ ਲੱਗ ਰਿਹਾ ਸੀ ਕਿ ਜਿੱਦਾਂ ਉਹਨਾਂ ਨਸ਼ੇ ਵਗੈਰਾ ਦੀਆਂ ਕੋਈ ਟੈਬਲੇਟ ਵਗੈਰਾ ਲਈਆਂ ਹੋਈਆਂ ਸੀ। ਔਰ ਇੱਕ ਸਪੋਰਟ ਤੋਂ ਜਦੋਂ ਉਹਨੇ ਬੱਚੇ ਚੁੱਕ ਲਏ ਨੇ ਅਗਲੀ ਸਾਈਡ 'ਤੇ ਜਦੋਂ ਬੱਚੇ ਜਾ ਰਹੇ ਸੀਗੇ ਤਾਂ ਥੋੜ੍ਹੀ ਡਰਾਈਵਰ ਜਿਹੜਾ ਸੀ ਉਹਦੇ ਵਿੱਚ ਚੇਂਜਸ ਜਿਹੜੀਆਂ ਉਹ ਆ ਗਈਆਂ ਜੋ ਕਿ ਬੱਚਿਆਂ ਨੇ ਫੀਲ ਕੀਤੀਆਂ। ਅਤੇ ਫਿਰ ਉਸ ਡਰਾਈਵਰ ਦਾ ਅੱਛਾ ਪਾਰਟ ਇਹ ਰਿਹਾ ਕਿ ਡਰਾਈਵਰ ਨੇ ਬੱਸ ਉੱਥੇ ਰੋਕ ਦਿੱਤੀ, ਉਸ ਤੋਂ ਬਾਅਦ ਉਹ ਅਨਕੌਨਸ਼ੀਅਸ ਹੋ ਗਿਆ। ਉਸ ਤੋਂ ਬਾਅਦ ਫਿਰ ਆਟੋ ਪਿੱਛੋਂ ਆ ਰਿਹਾ ਸੀਗਾ, ਉਸ ਆਟੋ ਵਾਲੇ ਨੇ ਬੱਸ ਜਿਹੜੀ ਸਾਈਡ 'ਤੇ ਲਗਾ ਕੇ ਬੱਚਿਆਂ ਦੇ ਪੇਰੈਂਟਸ ਨੂੰ ਇਨਫੋਰਮ ਕੀਤਾ। ਬੱਚਿਆਂ ਦੇ ਪੇਰੈਂਟਸ ਉਸ ਵੇਲੇ ਆਏ, ਉਹਨਾਂ ਨੇ ਇਨਫੋਰਮ ਕੀਤਾ ਮੈਨੂੰ, ਤਾਂ ਮੈਂ ਓਨ ਦੀ ਸਪੋਰਟ ਦੇ ਉੱਤੇ ਟਰਾਂਸਪੋਰਟ ਜਿਹੜਾ ਡਿਪਾਰਟਮੈਂਟ ਦੇ ਹੈੱਡ ਸੀਗੇ ਅਕਾਲ ਅਕੈਡਮੀ ਦੇ ਉਹ ਪਹੁੰਚੇ, ਨਾਲ ਉਹਨਾਂ ਦੇ ਮੈਂ ਆਪ ਖੁਦ ਗਈ। ਅਸੀਂ ਮੌਕੇ 'ਤੇ ਸਾਰਾ ਕੁਛ ਦੇਖਿਆ, ਡਰਾਈਵਰ ਅਨਕੌਨਸ਼ੀਅਸ ਸੀ ਅਤੇ ਬੱਚੇ ਬਿਲਕੁਲ ਸਹੀ ਸਲਾਮਤ ਸੀ, ਕਿਸੇ ਨੂੰ ਕੋਈ ਮਤਲਬ ਇੱਦਾਂ ਦਾ ਕੋਈ ਹਾਦਸੇ ਵਾਲੀ ਗੱਲ ਨਹੀਂ ਸੀ, ਸਭ ਕੁਛ ਠੀਕ ਸੀ। ਅਤੇ ਇਸ ਦੀ ਮਤਲਬ ਕਿ ਇਹਦੇ ਵਿੱਚ ਸਕੂਲ ਦਾ ਦੇਖੋ ਇੰਨਾ ਸਕੂਲ ਦਾ ਤਾਂ ਇੰਨਾ ਕਸੂਰ ਨਹੀਂ ਹੈਗਾ, ਕਿਉਂਕਿ ਜਿਹੜੀ ਬੱਸ ਸੀ ਉਹ ਕੰਟਰੈਕਟ ਬੇਸ 'ਤੇ ਸੀਗੀ। ਔਰ ਮੇਨ ਗੱਲ ਇਹ ਕਿ ਡਰਾਈਵਰ ਜਿਹੜਾ ਸੀ ਉਹ ਨਵਾਂ ਸੀ, ਅਜੇ ਉਹਨੂੰ ਆਇਆਂ ਨੂੰ 4-5 ਦਿਨ ਹੋਏ ਸੀ ਡਰਾਈਵਰ ਨੂੰ, ਫਿਰ ਵੀ ਮੈਂ ਇਸ ਚੀਜ਼ ਦੀ ਮੋਰਲ ਰਿਸਪੋਂਸੀਬਿਲਟੀ ਜਿਹੜੀ ਉਹ ਮੈਂ ਆਪਣੀ ਸਮਝਦੀ ਹਾਂ ਕਿ ਇਹ ਮੇਰੀ ਇੱਕ ਰਿਸਪੋਂਸੀਬਿਲਟੀ ਹੈ ਕਿ ਜਿਹੜਾ ਸਕੂਲ ਦਾ ਟਰਾਂਸਪੋਰਟ ਸਿਸਟਮ ਹੈ ਉਹ ਸਹੀ ਸਲਾਮਤ, ਬੱਚਿਆਂ ਦੀ ਸੇਫਟੀ। ਵੈਸੇ ਇਹ ਪਹਿਲੀ ਘਟਨਾ ਹੈ, 7 ਸਾਲ ਹੋ ਗਏ ਮੈਨੂੰ ਇੱਥੇ, ਇੱਦਾਂ ਦਾ ਕਦੀ ਕੋਈ ਹਾਦਸਾ ਨਹੀਂ ਵਾਪਰਿਆ। ਹਾਂਜੀ, ਉਹਦੇ ਵਿੱਚ ਹੈਲਪਰ ਨਹੀਂ ਸੀਗਾ ਜੀ। ਬੱਚੇ ਕਿੰਨੇ ਸੀਗੇ ਜੀ ਉਹਦੇ ਵਿੱਚ? ਬੱਚੇ ਉਹਦੇ ਵਿੱਚ 4-5 ਬੱਚੇ ਸੀਗੇ ਜੀ। ਪੁਲਿਸ ਵਾਲੇ ਮੌਕੇ ਤੇ ਪਹੁੰਚੇ ਸੀ? ਹਾਂਜੀ ਹਾਂਜੀ। ਅਕੈਡਮੀ ਵੱਲੋਂ ਕੀ ਕਰ ਰਹੇ ਹਨ? ਅਕੈਡਮੀ ਵੱਲੋਂ ਜੀ ਉਹ ਬੱਸ ਜਿਹੜੀ ਹੈ ਮਤਲਬ ਕਿ ਉਸ ਬੰਦੇ ਦੀ ਕੋਈ ਬੱਸ ਨਹੀਂ ਲਈ ਗਈ, ਦੁਬਾਰਾ ਤੋਂ ਹਾਇਰ ਨਹੀਂ ਕੀਤੀ ਗਈ ਉਹਦੀ ਬੱਸ ਜਿਹੜੀ ਹੈ। ਇੱਕ ਬੱਸ ਮੇਰੇ ਖਿਆਲ ਉਹਦੀ ਕਿਸੇ ਹੋਰ ਅਕੈਡਮੀ ਵਿੱਚ ਚੱਲਦੀ ਹੈ, ਉਸ ਬੱਸ ਨੂੰ ਵੀ ਹਟਾ ਦਿੱਤਾ ਗਿਆ ਔਰ ਮੌਕੇ ਦੇ ਉੱਤੇ ਕੱਲ੍ਹ ਅਸੀਂ ਜਿਹੜੀ ਹੈ ਉਹ ਨਵੀਂ ਬੱਸ ਟਰੱਸਟ ਵੱਲੋਂ ਲਿਆਂਦੀ ਗਈ। ਕੋਈ ਵੀ ਡਰਾਈਵਰ ਹਾਇਰ ਕਰਦੇ ਹੋ ਪ੍ਰਾਈਵੇਟ ਤੌਰ ਤੇ ਕਰਦੇ ਹੋ ਬਾਹਰ ਵਾਲੇ ਕਰਦੇ ਹੋ, ਜਿਹੜਾ ਮੈਡੀਕਲ ਵਗੈਰਾ
ਸਰ ਉਹਨਾਂ ਦੇ ਜਿੱਦਾਂ ਲਾਇਸੈਂਸ ਵਗੈਰਾ ਦੇਖੀਦਾ ਕਿ ਲਾਇਸੈਂਸ ਵਗੈਰਾ ਉਹਨਾਂ ਦਾ ਦੇਖੀਦਾ, ਬੱਸ ਦੇ ਪੇਪਰ ਵਗੈਰਾ ਜਿਹੜੇ ਉਹ ਪੂਰੇ ਚੈੱਕ ਕੀਤੇ ਜਾਂਦੇ ਆ। ਉਹਦੇ ਅਕੈਡਮੀ ਦਾ ਨਾਮ ਲਿਖਿਆ ਹੋਇਆ ਸੀਗਾ, ਬਾਅਦ ਵਿੱਚ ਤੁਸੀਂ ਕਹਿੰਦੇ ਹਾਇਰ ਕੀਤੀ ਹੋਈ ਹੈ ਕਿ ਜਿਹੜੀ ਹਾਇਰ ਬੱਸਾਂ ਹੁੰਦੀਆਂ ਉਹਦੇ ਵਿੱਚ ਆਪਾਂ ਸਕੂਲ ਦਾ ਨਾਮ ਲਿਖਾ ਸਕਦੇ ਹਾਂ। ਹਾਂਜੀ, ਕਿਉਂਕਿ ਉਹ ਕੰਟਰੈਕਟ ਬੇਸ ਤੇ ਹੁੰਦੀਆਂ ਬੱਸਾਂ, ਉਹਨਾਂ ਨੂੰ ਬਾਹਰ ਲਿਖਣਾ ਪੈਂਦਾ ਹੈ ਸਕੂਲ ਦਾ। ਕਿੰਨੇ ਟਾਈਮ ਤੋਂ ਉਹ ਬੱਸ ਆਪਣੀ ਨਾਲ ਚੱਲ ਰਹੀ ਹੈ ਸਕੂਲ ਨਾਲ? ਉਹ 2-3 ਸਾਲ ਹੋ ਗਿਆ ਜੀ ਉਸ ਬੱਸ ਨੂੰ ਚੱਲਦੇ ਹਾਂ ਸਕੂਲ ਵਿੱਚ। ਤੇ ਜੇ ਇਹਦੇ ਵਿੱਚ ਕਿਹਦੇ ਲਾਪਰਵਾਹੀ ਕਿਹਦੀ ਮੰਨਦੇ ਹੈਗੇ, ਜੇ ਕੋਈ ਹਾਦਸਾ ਵੱਡਾ ਵਾਪਰ ਜਾਂਦਾ, ਕੋਈ ਜਾਨੀ ਨੁਕਸਾਨ? ਇਹਦੇ ਵਿੱਚ ਲਾਪਰਵਾਹੀ ਜੀ ਦੇਖੋ, ਜਿਹੜਾ ਬੱਸ ਦਾ ਮਾਲਕ ਸੀਗਾ ਨਾ, ਉਹਦੇ ਮਤਲਬ ਕਿ ਡਰਾਈਵਰ ਰੱਖਣ ਤੋਂ ਪਹਿਲਾਂ ਉਹਨੇ ਅੱਛੀ ਤਰ੍ਹਾਂ ਦੇਖਿਆ, ਇਹਦੇ ਵਿੱਚ ਉਹਦੀ ਲਾਪਰਵਾਹੀ ਵੀ ਹੈ। ਤੇ ਬਾਕੀ ਮੈਂ ਜਿੱਦਾਂ ਪਹਿਲਾਂ ਕਹਿ ਚੁੱਕੀ ਹਾਂ ਕਿ ਮੋਰਲ ਰਿਸਪੋਂਸੀਬਿਲਟੀ ਦਾ ਪ੍ਰਿੰਸੀਪਲ ਦੀ ਹੈ, ਦੈਟਸ ਆਲ ਦੇ। ਥੈਂਕ ਯੂ ਵਿੱਚ। ਇਹ ਜੀ ਇੱਕ ਸਕੂਲ ਬੱਸ ਸੀਗੀ, ਉਹਦਾ ਡਰਾਈਵਰ ਸੀਗਾ ਤਰਸੇਮ ਲਾਲ, ਜਿਹੜਾ ਕਿ ਸਾਨੂੰ ਇਨਫੋਰਮੇਸ਼ਨ ਆਏਗੀ ਉੱਥੇ ਬੱਸ ਦਾ ਡਰਾਈਵਰ ਜੋ ਕੋਈ ਨਸ਼ੇ ਦੀ ਹਾਲਤ ਦੇ ਵਿੱਚ ਆ, ਜਿਸ 'ਤੇ ਸਾਡੇ ਡਿਊਟੀ ਆਫਿਸਰ ਮੌਕੇ 'ਤੇ ਗਏ ਔਰ ਮੌਕੇ 'ਤੇ ਜਾ ਕੇ ਉਹਨਾਂ ਨੇ ਦੇਖਿਆ ਔਰ ਉਹਦਾ ਮੈਡੀਕਲ ਕਰਵਾਇਆ ਗਿਆ। ਮੈਡੀਕਲ ਕਰਵਾਉਣ ਤੋਂ ਬਾਅਦ ਵਿਦਆਊਟ ਡਾਕੂਮੈਂਟ ਜਿਹੜੀ ਬੱਸ ਸੀਗੀ ਉਹਨੂੰ ਇੰਪਾਊਂਡ ਕੀਤਾ ਗਿਆ। ਸਰ ਕੀ ਲੱਗਦਾ ਉਹਦੇ ਸ਼ਰਾਬ ਪੀਤੀ ਸੀ, ਕੀ ਹੋਇਆ ਸੀ? ਉਹ ਜੀ ਮੈਡੀਕਲ ਕਰਵਾਇਆ ਗਿਆ ਵਾ, ਉਹਦੇ ਮੁਤਾਬਕ ਉਹਦਾ ਲੀਗਲ ਐਕਸ਼ਨ ਲਿਆ ਗਿਆ ਜੀ।